ਵੋਟਾਂ ਹੀ ਹੈ ਨੀ ਸਾਰੀ ਕਲੋਨੀ ਦੀਆਂ, ਸਾਰੀ ਕਲੋਨੀ ਦੀ ਵੋਟ ਹੈ ਨੀ। ਇਹ ਦੇਖੋ ਕਿੱਦਾਂ ਇਹਨਾਂ ਨੇ ਕਰਵਾਇਆ, ਕਿਹੜਾ ਕਪੜਾ ਕੀਤਾ ਇਹਨਾਂ ਨੇ, ਇਹ ਦੱਸੋ। ਹੈ ਨੀ ਨਾ ਹੀ ਹਜੇ ਵਿੱਚ, ਹਜੇ ਹਜੇ ਹੈ ਨੀ ਵੋਟ ਹੈ ਨੀ। ਉਹ ਸਾਨੂੰ ਪਤਾ ਨਹੀਂ ਕਿੱਥੇ ਕਰਤੀ ਇਹਨਾਂ ਨੇ, ਕੀ ਹੋਇਆ, ਸਾਰੀਆਂ ਲਿਸਟਾਂ ਦੇ ਵਿੱਚੋਂ ਨਾਮ ਗਾਇਬ ਹੈ। ਸ਼ਾਂਤੀ ਵਿਹਾਰ ਦੇ ਵੋਟਰਾਂ ਦੀਆਂ ਵੋਟਾਂ ਨਾ ਮਿਲਣ ਦੇ ਕਾਰਨ ਉਹਨਾਂ ਦੇ ਵਿੱਚ ਇੰਨੇ ਵੱਡੇ ਪੱਧਰ ਦੇ ਉੱਤੇ ਰੋਸ ਪੈਦਾ ਹੋ ਗਿਆ ਕਿ ਇੱਕ ਵਾਰ ਤਾਂ ਲੋਕ ਤੋੜ ਫੋੜ ਦੇ ਉੱਤੇ ਉਤਰ ਆਏ ਸਨ। ਮਾਮਲੇ ਦੇ ਜ਼ਿਆਦਾ ਗਰਮੀ ਫੜ ਜਾਣ ਦੇ ਕਾਰਨ ਕਾਂਗਰਸ ਪਾਰਟੀ ਦੇ ਉਮੀਦਵਾਰ ਦਰਸ਼ਨ ਸਿੰਘ ਮਾਲਾ, ਅਕਾਲੀ ਦਲ ਦੇ ਉਮੀਦਵਾਰ ਕੁਲਵੰਤ ਸਿੰਘ ਭਾਮੀਆਂ, ਬਸਪਾ ਤੋਂ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਕੁੱਬੇ ਅਤੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਗੁਰਮੁਖ ਸਿੰਘ ਭਾਮੀਆਂ ਵੀ ਆਪਣੇ ਸਮਰਥਕਾਂ ਸਮੇਤ ਉੱਥੇ ਪਹੁੰਚ ਗਏ। ਲੋਕਾਂ ਦੇ ਵਿੱਚ ਰੋਸ ਸੀ ਕਿ ਉਹ 15-20 ਸਾਲਾਂ ਤੋਂ ਵੋਟਾਂ ਪਾ ਰਹੇ ਨੇ ਪਰ ਹੁਣ ਉਹਨਾਂ ਦਾ ਨਾਮ ਕਿਸੇ ਵੀ ਵੋਟਰ ਲਿਸਟ ਦੇ ਵਿੱਚ ਨਹੀਂ ਹੈ। ਉਹ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਨੂੰ ਕੋਸਦੇ ਨਜ਼ਰ ਆਏ। ਪਿੰਡ ਮਗਲੀ ਨੀਚੀ ਦੇ ਸਾਬਕਾ ਸਰਪੰਚ ਗੁਰਮੁਖ ਸਿੰਘ ਨੇ ਕਾਂਗਰਸ ਅਤੇ ਪ੍ਰਸ਼ਾਸਨ ਦੇ ਉੱਤੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਚੋਣ ਅਮਲੇ ਕੋਲ ਜੋ ਵੋਟਰ ਸੂਚੀ ਸੀ ਉਸ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸਾਡੀਆਂ ਵੋਟਾਂ ਵਾਲੀਆਂ ਸਾਫ਼ ਲਿਸਟਾਂ ਸਨ। ਜਦੋਂ ਇਸ ਸੰਬੰਧੀ ਅਸੀਂ ਰੋਸ ਜ਼ਾਹਿਰ ਕੀਤਾ ਤਾਂ ਥੋੜੀਆਂ ਵੋਟਾਂ ਦੀ ਸੂਚੀ ਤਾਂ ਆ ਗਈ ਪਰ ਬਹੁ ਗਿਣਤੀ ਵੋਟਾਂ ਦੀ ਸੂਚੀ 4 ਵਜੇ ਤੱਕ ਨਾ ਆਈ। ਉਹਨਾਂ ਕਿਹਾ ਕਿ ਇਸ ਵਜ੍ਹਾ ਦੇ ਨਾਲ ਇਸ ਪੋਲਿੰਗ ਬੂਥ ਦੇ ਉੱਤੇ 32% ਤੋਂ ਵੀ ਘੱਟ ਵੋਟਿੰਗ ਹੋਈ ਹੈ ਜਿਸ ਦਾ ਕਾਰਨ ਪ੍ਰਸ਼ਾਸਨ ਦੀ ਨਲਾਇਕੀ ਅਤੇ ਕਾਂਗਰਸ ਪਾਰਟੀ ਦੀ ਬੇਈਮਾਨੀ ਦੀ ਭਾਵਨਾ ਹੈ। ਉਹਨਾਂ ਕਿਹਾ ਕਿ ਅਣਗਹਿਲੀ ਕਰਨ ਵਾਲੇ ਚੋਣ ਅਧਿਕਾਰੀਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਨਹੀਂ ਤਾਂ ਅਸੀਂ ਕਮਿਸ਼ਨਰ ਦੇ ਆ ਗਏ, ਆਪਾਂ ਤਾਂ ਹੱਲ ਕਰਨਾ, ਸਾਡੀ ਵੋਟਾਂ ਹੋਣੀ ਚਾਹੀਦੀਆਂ ਪੂਰੇ ਬੂਥ ਦੀਆਂ। ਪਰਚੀਆਂ ਕੱਟੀਆਂ ਹੋਈਆਂ ਜੀ, ਉਹਦੀ ਕਿਸੇ ਦੀ ਕੋਈ ਪਰਚੀ ਹੈ ਨੀ ਜੀ। ਅੰਦਰ ਵੋਟਾਂ ਜਾਂਦੇ ਹਾਂ ਦੇਖਦੇ ਹਾਂ, ਕਹਿੰਦੇ ਹੈ ਨੀ ਜੀ। ਉਹ ਸਾਨੂੰ ਪਤਾ ਨੀ ਕਿੱਥੇ ਕਰਤੀ ਇਹਨਾਂ ਨੇ, ਕੀ ਹੋਇਆ, ਸਾਰੀਆਂ ਲਿਸਟਾਂ ਦੇ ਵਿੱਚੋਂ ਨਾਮ ਗਾਇਬ ਹੈ ਜੀ। ਪਰਚੀਆਂ ਕੱਟੀਆਂ ਹੋਈਆਂ ਜੀ, ਉਹਦੀ ਕਿਸੇ ਦੀ ਕੋਈ ਪਰਚੀ ਹੈ ਨੀ ਜੀ। ਅੰਦਰ ਵੋਟਾਂ ਜਾਂਦੇ ਹਾਂ ਦੇਖਦੇ ਹਾਂ, ਕਹਿੰਦੇ ਹੈ ਨੀ ਜੀ। ਉਹ ਸਾਨੂੰ ਪਤਾ ਨੀ ਕਿੱਥੇ ਕਰਤੀ ਇਹਨਾਂ ਨੇ, ਕੀ ਹੋਇਆ, ਸਾਰੀਆਂ ਲਿਸਟਾਂ ਦੇ ਵਿੱਚੋਂ ਨਾਮ ਗਾਇਬ ਹੈ ਜੀ। ਘਰ ਗਾਇਬ ਕੀਤੇ ਹੋਏ ਆ ਜੀ, ਤੁਹਾਡੀ ਵੋਟ ਵੀ ਨਹੀਂ ਹੈਗੀ, ਮੇਰੀ ਵੋਟ ਵੀ ਹੈ ਨਹੀਂ ਜੀ ਅੰਦਰ। ਮਤਲਬ ਨਾਮ ਨਹੀਂ ਹੈ ਵਹਾਂ ਲਿਸਟ ਮੇ, ਕਿਤਨੀ ਕਿਤਨੀ ਵੋਟ ਨਾਮ ਨਹੀਂ ਹੈ ਵੋਟ ਮੇ, ਪੂਰਾ ਤਾਂ ਹਮਕੋ ਨਹੀਂ ਪਤਾ ਹੈ, ਹਮ ਤਾਂ ਪੜ੍ਹੇ ਲਿਖੇ ਨਹੀਂ ਹੈ। ਕਿਤਨੀ ਵੋਟ ਕੈਂਸਲ ਹੋ ਚੁੱਕੀ ਹੈ ਅਭੀ ਤੱਕ, ਆਪਣੇ ਘਰ ਹੀ ਮੇ ਕਾ 7 ਵੋਟ ਨਹੀਂ ਹੈ ਹੁਣ। ਹਾਂਜੀ ਇੱਥੇ ਇਸੀ ਬੂਥ 'ਚ ਆਪਾਂ ਜੀ ਬਹੁਤ ਪਹਿਲੇ ਤੋਂ, ਯਾਨੀ ਮਤਲਬ 14-15 ਸਾਲ ਤੋਂ ਆਪਾਂ ਵੋਟ ਕਰਦੇ ਹੈਗੇ, ਤੇ ਉਹ ਅੱਜ ਕੀ ਦਫੇ ਸਾਡਾ ਮਤਲਬ 6 ਜਣਿਆਂ ਦਾ ਹੈਗਾ, 6 ਜਣਿਆਂ ਦਾ ਆਇਆ ਨੀ, ਸਾਡੇ ਪੂਰੇ ਟੱਬਰ ਦੀ ਨੀ ਹੈਗੀ ਭਾਜੀ, 12 ਜਣੇ ਦੀ ਵੋਟ ਹੀ ਨੀ ਹੈਗੀ ਸਾਡੀ। ਸਵੇਰ ਦੇ 8 ਵਜੇ ਦੇ ਇੱਥੇ ਲੱਗੇ ਹੋਇਆ ਭਾਜੀ, ਪਤਾ ਪੁਲਿਸ ਵਾਲੇ ਨੂੰ, ਅੰਦਰ ਮੇਰੀ ਵੋਟ ਇੱਕ ਵੀ ਨੀ ਹੈਗੀ ਭਾਜੀ, ਕੁਛ ਨਾ ਹੋ ਹੀ ਨਿਕਲਿਆ, ਕੋਮਲ ਖੰਨਾ ਕੋਮ ਪਤਾ ਨਹੀਂ ਕਿਹੜਾ। ਅੱਛਾ ਇੱਥੇ ਨਾ ਜੋ ਆਜ਼ਾਦ ਉਮੀਦਵਾਰ ਨੇ ਬਹੁਜਨ ਸਮਾਜ ਪਾਰਟੀ ਤੋਂ ਜੋ ਆਜ਼ਾਦ ਚੋਣ ਮਿਸ਼ਨ ਟੋਰਥ ਦੇ ਉੱਤੇ ਖੜੇ ਨੇ, ਉਹ ਸਾਡੇ ਕੋਲ ਕੈਂਡੀਡੇਟ ਇਸ ਵਕਤ ਮੌਜੂਦ ਨੇ, ਉਹਨਾਂ ਤੋਂ ਜਾਣਦੇ ਹਾਂ ਵੀ ਇਹ ਵੋਟਾਂ ਕਟਾਈਆਂ ਗਈਆਂ ਨੀ ਜਾਂ ਇਲੈਕਸ਼ਨ ਕਮਿਸ਼ਨ ਦੀ ਗਲਤੀ ਹੈ, ਕਿਉਂਕਿ ਸਾਰੀਆਂ ਪਾਰਟੀਆਂ ਇੱਕ ਦੂਜੇ ਤੋਂ ਰੋਕ ਲਗਾ ਰਹੀ ਨੇ ਵੀ ਉਹਨਾਂ ਦੇ ਆਪਣੇ ਵੋਟਾਂ ਦੀ ਜਿਹੜੀ ਇੱਥੇ ਪਰਚੀ ਨਹੀਂ ਮਿਲ ਰਹੀ, ਅਤੇ ਦੂਸਰਾ ਕਹਿ ਰਿਹਾ ਵੀ ਸਾਡੇ ਵੋਟਾਂ ਦੀ ਪਰਚੀ ਨਹੀਂ ਮਿਲ ਰਹੀ, ਅਤੇ ਇਹਨਾਂ ਤੋਂ ਜਾਣਦੇ ਹਾਂ ਵੀ ਕੀ ਮਾਮਲਾ ਹੈ। ਇਹ ਕੁਛ ਵੀ ਹੋ ਸਕਦਾ, ਰਾਜਨੀਤਿਕ ਮਾਮਲਾ ਵੀ ਹੋ ਸਕਦਾ ਜੀ, ਹੋ ਸਕਦਾ ਇੱਥੇ ਇਸ ਜਿਹੜੇ ਬੂਥ ਤੇ ਖੜੇ ਆ ਇੱਥੇ ਕੁਛ ਵੋਟਾਂ ਇਹੋ ਜਿਹੀਆਂ ਵੀ ਨੇ ਜਿਹੜੀਆਂ ਸਾਨੂੰ ਲੱਗਦਾ ਸ਼ੱਕ ਪੈਂਦਾ ਵੀ ਜਾਲੀ ਨੇ, ਪਰ ਜੋ ਅਸਲੇ ਇੱਥੇ ਪਛਿੰਦੇ ਨੇ ਉਹਦੀਆਂ ਵੋਟਾਂ ਬਹੁਤ ਸਾਰੀਆਂ ਕੱਟੀਆਂ ਨੇ। ਆਹ ਦੇਖੋ ਸਾਡੇ ਕਿੰਨੇ ਵੋਟਰ ਖੜੇ ਨੇ ਜਿਹਨਾਂ ਦੀਆਂ ਵੋਟਾਂ ਕੱਟੀਆਂ ਨੇ, ਇਹੀ ਹਾਲ ਪਿੱਛੇ ਸ਼ੰਕਰ ਕਲੋਨੀ ਵਿੱਚ ਆ, ਇਹੀ ਹਾਲ ਭਾਮੀਆਂ ਦੇ ਵਿੱਚ ਆ।
ਕਿਸੇ ਦੀਆਂ 12 ਵੋਟਾਂ ਕੱਟੀਆਂ, ਕਿਸੇ ਦੀਆਂ 5 ਵੋਟਾਂ ਕੱਟੀਆਂ, 4 ਵੋਟਾਂ ਕੱਟੀਆਂ, ਇਹ ਸਮਝ ਤੋਂ ਬਾਹਰ ਆ ਸਾਰੀ ਗੱਲ। ਹੁਣ ਇਹਨਾਂ ਨੇ ਦੱਸੀ ਦਿੱਤਾ ਤੇ ਬਾਕੀ ਇੱਥੇ ਦੂਸਰੇ ਕਈ ਪਾਰਟੀਆਂ ਦੇ ਕੈਂਡੀਡੇਟ ਵੀ ਇੱਥੇ ਆਏ ਹੋਏ ਨੇ, ਉਹਨਾਂ ਨਾਲ ਵੀ ਗੱਲ ਕਰਦੇ ਆ ਵੀ ਇਹ ਜਿਹੜਾ ਵੋਟਾਂ ਕੱਟਣ ਕਟਾਉਣ ਦਾ ਮਾਮਲਾ ਹੈ ਕੀ ਆ। ਜ਼ਿਲ੍ਹਾ ਪ੍ਰੀਸ਼ਦ ਅਤੇ ਵਿਧਾਨ ਬਲਾਕ ਸਮਿਤੀ ਦੀ ਜੋ ਵੋਟਾਂ ਅੱਜ ਪੈ ਰਹੀਆਂ ਨੇ ਉਸ ਦੇ ਸੰਬੰਧ ਦੇ ਵਿੱਚ ਜੇਕਰ ਹਲਕਾ ਸਾਹਨੇਵਾਲ ਦੇ ਵਿੱਚ ਜੋ ਚੋਣਾਂ ਇਸ ਵਕਤ ਪੈ ਰਹੀਆਂ ਨੇ ਉਹਨਾਂ ਦੀ ਗੱਲ ਕਰੀਏ ਤਾਂ ਜੋ ਭਾਮੀਆਂ ਖੁਰਦ ਜੋ ਬਲਾਕ ਸਮਿਤੀ ਜ਼ੋਨ ਆ ਉਸ ਦੇ ਵਿੱਚ ਇੱਥੇ ਜੋ ਬੂਥ ਸ਼ਾਂਤੀ ਵਿਹਾਰ ਕਲੋਨੀ ਦੇ ਵਿੱਚ ਸਤਨਾਮ ਪਬਲਿਕ ਸਕੂਲ ਦੇ ਵਿੱਚ ਪੈਂਦਾ, ਇੱਥੇ ਇੱਕ ਵੱਡੇ ਪੱਧਰ ਦੇ ਉੱਤੇ ਰੌਲਾ ਚੱਲ ਰਿਹਾ। ਉਹ ਰੌਲਾ ਕਿਸੇ ਇੱਕ ਧਿਰ ਦਾ ਨਹੀਂ, ਬਾਕੀ ਸਾਰੀਆਂ ਪਾਰਟੀਆਂ ਇੱਕ ਦੂਜੀ ਤੋਂ ਐਲੀਗੇਸ਼ਨ ਲਗਾ ਰਹੀਆਂ ਨੇ, ਕੋਈ ਦੂਸਰੀ ਨੂੰ ਕਹਿ ਰਿਹਾ ਵੀ ਸਾਡੀਆਂ ਵੋਟਾਂ ਕਟਾ ਦਿੱਤੀਆਂ ਅਤੇ ਕੋਈ ਦੂਸਰੀ ਨੂੰ ਕਹਿ ਰਿਹਾ। ਇਸ ਪ੍ਰਕਾਰ ਇਸ ਬੂਥ ਦੇ ਉੱਤੇ ਜਿਹੜੇ ਵੋਟਰ ਨੇ ਉਹ ਵੱਡੀ ਪੱਧਰ ਦੇ ਉੱਤੇ ਵੋਟ ਵਾਲੀ ਜਿਹੜੀ ਉਹਨਾਂ ਦੀ ਵੋਟ ਆ ਪਰਚੀ ਉਹ ਹੋਣ ਦੇ ਬਾਵਜੂਦ ਵੋਟਰ ਲਿਸਟ ਵਿੱਚ ਉਹਨਾਂ ਦੇ ਨਾਮ ਨਾ ਹੋਣ ਦੇ ਕਾਰਨ ਉਹਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਰੋਸ ਆ। ਅਤੇ ਥੋੜ੍ਹੀ ਇੱਕ ਪ੍ਰੋਬਲਮ ਜੋ ਮੈਂ ਪਰਸਨਲੀ ਫੀਲ ਕੀਤੀ ਹੈ ਕਿ ਕਈ ਲੋਕਾਂ ਦੀ ਵੋਟ ਉਹ ਪਹਿਲਾਂ ਕਿਤੇ ਹੋਰ ਪਾਉਂਦੇ ਸੀ, ਨੇੜੇ ਬੂਥ ਸੀਗੇ ਅਤੇ ਉਹ ਉਲਟਾ ਪੁਲਟਾ ਕਾਫੀ ਹੋਇਆ, ਅਤੇ ਉਹ ਮੈਂ ਪ੍ਰਸ਼ਾਸਨ ਨਾਲ ਗੱਲ ਕਰਕੇ ਕਿਉਂਕਿ ਆਉਣ ਵਾਲੀਆਂ ਜਿਹੜੀਆਂ ਹੋਰ ਇਲੈਕਸ਼ਨਸ ਨੇ ਤਾਂ ਕਿ ਲੋਕ ਨੇੜੇ ਆਪਣੇ ਬੂਥ ਵੋਟ ਪਾਉਣ। ਅਤੇ ਪਤਾ ਨਹੀਂ ਕਿਉਂ ਹੋਇਆ, ਦੋ ਚਾਰ ਜਗ੍ਹਾ ਮੈਨੂੰ ਲੋਕਾਂ ਦੀ ਕੰਪਲੇਂਟ ਮਿਲੀ ਹੈ ਕਿ ਉਹਨਾਂ ਨੂੰ ਉਹਨਾਂ ਦੀ ਵੋਟ ਪਤਾ ਨਹੀਂ ਕਿੱਥੇ ਪਾ ਦਿੱਤੀ, ਉਹ ਲੱਭਦੇ ਰਹੇ ਸੀ ਵਿਚਾਰੇ, ਪਹਿਲਾਂ ਜਿੱਥੇ ਪਾਉਂਦੇ ਸੀ ਮਤਲਬ ਉੱਥੇ ਹੀ ਹੋਣੀ ਚਾਹੀਦੀ ਸੀ। ਇਹ ਮੈਂ ਪਰਸਨਲੀ ਰਿਕੁਐਸਟ ਕਰੂੰਗੀ ਕਿ ਕਿਉਂ ਇਸ ਤਰ੍ਹਾਂ ਹੋਇਆ ਔਰ ਅੱਗੇ ਤੋਂ ਇੱਦਾਂ ਨਹੀਂ ਹੋਣਾ ਚਾਹੀਦਾ, ਜਿਹੜਾ ਨੇੜੇ ਦਾ ਬੂਥ ਹੈ ਉਹਦੀ ਵੋਟ ਉੱਥੇ ਹੀ ਹੋਣੀ ਚਾਹੀਦੀ ਹੈ। ਬਸ ਜੀ, ਬਾਕੀ ਸਾਰਾ ਕੰਫਰਟੇਬਲ ਹੈ, ਬਾਕੀ ਪਰਮਾਤਮਾ ਦੇ ਹੱਥ ਹੈ ਔਰ ਅਸੀਂ ਦੁਆ ਕਰਦੀ ਹਾਂ ਕਿ ਮੈਂ ਅੱਛਾ ਜੋ ਵੀ ਮਾਹੌਲ ਬਣੇ, ਲੋਕ ਵਿਸ਼ਵਾਸ ਕਰਨ ਤਾਂ ਕਿ ਸਾਡੇ ਕੰਮ ਕਾਰ ਅੱਗੇ ਹੋਰ ਵਧਣ। ਇਹ ਸੀ ਬੀਬੀ ਸਤਵਿੰਦਰ ਕੌਰ ਬੇਟੀ, ਜਿਨ੍ਹਾਂ ਨੇ ਜਿੱਥੇ ਦੱਸਿਆ ਵੀ ਉਹਨਾਂ ਦੀ ਜਿੱਤ ਜਿਹੜੀ ਯਕੀਨੀ ਆ ਔਰ ਉੱਥੇ ਉਹਨਾਂ ਨੇ ਦੱਸਿਆ, ਕਿਉਂਕਿ ਕਈ ਬੂਥਾਂ ਦੇ ਉੱਤੇ ਜਿਵੇਂ ਸਾਡੀ ਟੀਮ ਨੇ ਵੀ ਦੌਰਾ ਕੀਤਾ ਉੱਥੇ ਹਰ ਪਾਰਟੀ ਵੋਟਾਂ ਨਾ ਮਿਲਣ ਕਰਕੇ ਉਹਨਾਂ ਦੇ ਜਿਹੜੇ ਜਿਹੜੇ ਵੋਟਰ ਸੀ ਵੱਡੀ ਪੱਧਰ 'ਤੇ ਨਾਰਾਜ਼ ਸੀ। ਉਸ ਸੰਬੰਧ ਵਿੱਚ ਉਹਨਾਂ ਨੇ ਦੱਸਿਆ ਵੀ ਇਹ ਕਿਤੇ ਨਾ ਕਿਤੇ ਜਿਹੜੀ ਪ੍ਰਸ਼ਾਸਨ ਦੀ ਇੱਥੇ ਗਲਤੀ ਆ। ਸਾਨੂੰ ਜੀ ਨਾ ਕਿਸੇ ਪਾਰਟੀ ਨਾਲ ਕੋਈ ਆ, ਸਾਨੂੰ ਇੱਥੇ ਪ੍ਰਸ਼ਾਸਨ ਨਾਲ ਆ, ਕਿਉਂਕਿ ਸਵੇਰ ਤੋਂ ਉੱਤੋਂ ਸਾਨੂੰ ਪ੍ਰਸ਼ਾਸਨ ਇਹ ਲਾਰੇ ਲਾ ਰਿਹਾ ਕਿ ਤੁਹਾਡੀ ਲਿਸਟ ਆ ਰਹੀ ਆ, ਤੁਹਾਡੀ ਲਿਸਟ ਆ ਰਹੀ ਆ, ਜਿਹਦੇ ਵਿੱਚ ਮੇਰੀ ਵੋਟ 131 ਨੰਬਰ ਆ ਅਤੇ ਮੇਰੀ ਵਾਈਫ ਦੀ ਵੋਟ ਹੈਗੀ 139 ਨੰਬਰ, ਜੋ ਕਿ ਮੇਰੀ ਵਾਈਫ ਮੌਜੂਦ ਆ, ਇੱਥੋਂ ਦੀ ਸਰਪੰਚ ਆ। ਅਤੇ ਆਹ ਸਾਡੇ ਕੋਲ ਲਿਸਟ ਆ ਜਿਹੜੀ ਸਾਨੂੰ ਆਪਣੇ ਚੋਣ ਬਸ ਸਟੈਂਡ ਦੇ ਵਿੱਚ ਆਈ ਆ, ਅਸੀਂ ਇਹਨਾਂ ਨੂੰ ਵਾਰ ਵਾਰ ਦਿਖਾਈ ਆ ਪਰ ਇਹਨਾਂ ਨੇ ਕੰਨ ਦੇ ਉੱਤੇ ਪ੍ਰਸ਼ਾਸਨ ਦੇ ਉੱਤੇ ਜੂੰ ਨਹੀਂ ਸਰਕੀ। ਇਹਨਾਂ ਕੋਲ ਇੱਕ ਲਿਸਟ ਆਈ ਵੀ, ਪਹਿਲਾਂ ਇਹਨਾਂ ਨੇ 826 ਵੋਟਾਂ ਦੇ ਨਾਲ ਜੋ ਕਿ ਵੋਟਾਂ ਪਾਉਣੀਆਂ ਸਟਾਰਟ ਕਰੀਆਂ, ਉਸ ਤੋਂ ਬਾਅਦ 914 ਵੋਟਾਂ ਦੀ ਇਹਨਾਂ ਕੋਲ ਲਿਸਟ ਆਈ, ਫਿਰ ਇਹਨਾਂ ਕੋਲ ਤਕਰੀਬਨ ਲਗਭਗ 12 ਵਜੇ 1074 ਵੋਟਾਂ ਦੀ ਲਿਸਟ ਆਈ। ਉਹਦੇ ਵਿੱਚ ਇਹਨਾਂ ਕੋਲ ਅੰਦਰ ਹੁਣ ਵੀ ਲਿਸਟ ਜਿਹੜੀ ਮੌਜੂਦ ਆ ਉਹਦੇ ਵਿੱਚ ਆਹ ਜੋ ਪੇਜ ਨੇ ਇਹ ਪੇਜ ਸਾਫ਼ ਨੇ, ਲਾਸਟ ਜਿਹੜੇ ਪੇਜ ਨੇ ਹਰੇਕ ਵਾਰਡ ਦੇ ਉੱਤੇ 7 ਵਾਰਡ ਨੇ ਸਾਡੇ, 7 ਵਾਰਡਾਂ ਦਾ ਪਿਛਲਾ ਪੇਜ ਆ ਜੋ ਉਹ ਸਾਰੇ ਇਹਨਾਂ ਕੋਲ ਪਲੇਨ ਨੇ। ਇਹ ਸਾਨੂੰ ਕੋਈ ਠੋਸ ਜਵਾਬ ਨਹੀਂ ਦੇ ਰਹੇ ਹੈਗੇ, ਇਹ ਕਹਿੰਦੇ ਆ ਕਦੇ SDM ਸਾਹਿਬ ਨਾਲ ਗੱਲ ਕਰੋ, ਕਦੇ ਕਿਸੇ ਨਾਲ ਗੱਲ ਕਰੋ। ਜੋ ਇਹਨਾਂ ਦਾ ਸੁਪਰਵਾਈਜ਼ਰ ਸੀ ਉਹ ਵੀ ਤਕਰੀਬਨ ਇੱਥੋਂ 2 ਘੰਟੇ ਪਹਿਲਾਂ ਇੱਥੋਂ ਜਾ ਚੁੱਕਿਆ, ਉਹ ਵੀ ਸਾਨੂੰ ਲਾਰੇ ਦੇ ਉੱਤੇ ਲਾਰੇ ਹੀ ਲਾ ਰਿਹਾ ਸੀ ਕਿ ਆ ਰਹੀਆਂ ਨੇ ਵਟਸਐਪ ਦੇ ਉੱਤੇ ਮੰਗਾ ਰਹੇ ਹਾਂ, ਪਰ ਇਹਨਾਂ ਨੇ ਕੋਈ ਸਾਡੀਆਂ ਵੋਟਾਂ ਦਾ ਹੱਲ ਨਹੀਂ ਕਰਿਆ। ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਇਹ ਇੰਨੇ ਦੁਖੀ ਹਾਂ ਕਿ ਇਹਨਾਂ ਨੇ ਵੀ ਸਾਨੂੰ ਸਵੇਰ ਦੇ ਤਕਰੀਬਨ 100-150 ਵੋਟ ਆ ਜਿਹੜੀ ਇਹਨਾਂ ਨੇ ਜਿਹੜੀ ਇਹ ਲਿਸਟਾਂ ਦੇ ਵਿੱਚ ਆਈ ਨਹੀਂ ਗਈ। ਅਸੀਂ ਇਹੀ ਬਾਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜੋ ਇਹਨਾਂ ਪ੍ਰਸ਼ਾਸਨ ਵਾਲਿਆਂ ਨੇ ਸਾਡੇ ਨਾਲ ਇਹ ਕਰਿਆ ਵੀ ਇਹਨਾਂ ਦੀ ਵੀ ਜ਼ਰੂਰ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ। ਦੁਆਲੀ ਘੁੰਮੀ ਆ ਤੇ ਸਭ ਤੋਂ ਵੱਡੀ ਤਾਂ ਗੱਲ ਇਹ ਹੈ, ਸਭ ਤੋਂ ਵੱਡੀ ਕਿੱਡੀ ਮਾੜੀ ਗੱਲ ਕੀਤੀ ਹੈ, ਇੱਕ ਪਿੰਡ ਦੀਆਂ ਵੋਟਾਂ ਚੱਕ ਕੇ ਤੀਜੇ ਪਿੰਡ 'ਚ ਮਾਰੀਆਂ, ਤੀਜੇ ਦੀਆਂ 10ਵੇਂ ਪਿੰਡ ਦੇ ਵਿੱਚ ਮਾਰੀਆਂ, ਲੋਕਾਂ ਨੂੰ ਵੋਟਾਂ ਹੀ ਨਹੀਂ ਲੱਭੀਆਂ। ਸੋ ਮੈਂ ਸਮਝਦਾ ਐਂ ਤਾਂ ਸ਼ਾਇਦ ਪਾਕਿਸਤਾਨ 'ਚ ਵੀ ਤਾਂ ਧੱਕਾ ਹੁੰਦਾ ਹੋਵੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਧੱਕਾ ਹੋਇਆ, ਪਰ ਇਹ ਧੱਕਾ ਕਾਂਗਰਸ ਨੂੰ ਲੈ ਬੈਠੂਗਾ।
ਜਿਸ ਤਰ੍ਹਾਂ ਇਹਨਾਂ ਨੇ ਵੋਟਾਂ ਇੱਧਰ ਉੱਧਰ ਕੀਤੀਆਂ ਨੇ, ਇਹ ਤਾਂ ਨਹੀਂ ਹੋਊਗਾ ਵੀ ਪੋਲਿੰਗ ਹੋਊਗੀ ਉਸ ਤੋਂ ਬਾਅਦ ਕਿਸੇ ਪ੍ਰਕਾਰ ਨਾਲ ਛੇੜਛਾੜ ਕਰ ਸਕਦੇ? ਦੇਖੋ, ਛੇੜਛਾੜ ਤਾਂ ਇਹ ਕਰੀ ਵੀ ਜਾਂਦੇ ਨੇ, ਪਹਿਲਾਂ ਵੀ ਕੀਤੀ ਆ, ਹੁਣ ਵੀ ਕਰ ਰਹੇ ਨੇ ਤੇ ਗਾਹਾਂ ਨੂੰ ਵੀ ਕਰਨਗੇ। ਲੇਕਿਨ ਮੈਂ ਸਮਝਦਾ ਜਿਹੜੇ ਬਿਲਾਸਪੁਰ ਦੇ ਜ਼ਿਲ੍ਹਾ ਪਰਿਸ਼ਦ ਦੇ ਇਹਨਾਂ ਧੱਕੇ ਕੀਤੇ ਨੇ, ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਦੱਬ ਕੇ ਹਾਰ ਦੇਖਣੀ ਪਊ। ਲੁਧਿਆਣਾ ਤੋਂ ਕੈਮਰਾਮੈਨ ਰਵੀ ਗਰਗ ਦੇ ਨਾਲ ਗੁਰਪ੍ਰੀਤ ਸਿੰਘ ਮਹਿਦੂਦਾਂ ਦੀ ਰਿਪੋਰਟ।